ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੱਬੂ ਪਨੇਸਰ ਤੁਹਾਡਾ ਸਵਾਗਤ ਕਰਦਾ ਪਨੇਸਰ ਵਲੌਗਸ 'ਚ। ਅੱਜ ਅਸੀਂ ਵੀਡੀਓ ਬਣਾਉਣ ਜਾ ਰਹੇ ਹਾਂ ਆਪਣੇ ਪਿੰਡ ਦੇ ਰੁੜਕੀ ਵਾਲੇ ਪਾਸੇ। ਜਗ੍ਹਾ ਹੈ ਬਾਬਾ ਬਣਖੰਡੀ, ਇਹ ਧਾਰਮਿਕ ਜਗ੍ਹਾ ਹੈ, ਕਾਫੀ ਪੁਰਾਣੀ, ਅਤੇ ਇੱਥੇ 6 ਮਹੀਨੇ ਬਾਅਦ ਮੇਲਾ ਲੱਗਦਾ ਹੈ। ਅੱਜ ਉਹੀ ਦਿਨ ਹੈ ਮੇਲੇ ਦਾ, ਸੰਗਰਾਂਦ ਤੋਂ ਬਾਅਦ ਜਿਹੜਾ ਪਹਿਲਾ ਜੇਠਾ ਐਤਵਾਰ ਹੁੰਦਾ ਉਸ ਦਿਨ ਮੇਲਾ ਲੱਗਦਾ ਹੈ। ਅਤੇ ਇੱਥੇ ਪੁਰਾਣੇ ਟਾਈਮ ਕੋਈ ਮਹਾਂਪੁਰਸ਼ ਆਏ ਸੀ ਜਿਨ੍ਹਾਂ ਦੀ ਨਾਮ 'ਤੇ ਇਹ ਜਗ੍ਹਾ ਹੈ। ਅਤੇ ਇਹ ਮੈਂ ਜਗ੍ਹਾ ਤੁਹਾਨੂੰ ਦਿਖਾਉਣਾ ਸਾਰੀ, ਅਤੇ ਹੋਰ ਵੀ ਦਿਖਾਉਣਾ ਕਿ ਕੀ ਪ੍ਰੋਗਰਾਮ ਚੱਲ ਰਿਹਾ। ਹਾਂਜੀ ਠੀਕ ਹੈ ਜੀ, ਠੀਕ ਹੈ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਰਹੀ ਹੈ। ਅਸੀਂ ਬਚਪਨ ਤੋਂ ਹੀ ਦੇਖ ਰਹੇ ਹਾਂ ਜੋ ਪ੍ਰਸ਼ਾਦ ਅੱਜ ਤੋਂ 20-25 ਸਾਲ ਜੋ ਟੇਸਟ ਸੀ ਉਹੀ ਟੇਸਟ ਅੱਜ ਹੈ। ਅਤੇ ਦੇਸੀ ਘਿਓ ਦਾ ਪ੍ਰਸ਼ਾਦ ਬਣਦਾ ਹੈ ਅਤੇ ਗੱਫਾ ਵੀ ਖੁੱਲ੍ਹਾ ਹੁੰਦਾ ਹੈ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ, ਮੈਂ ਬਿਲਕੁਲ ਜਿਹੜਾ ਪੂਰਬ ਵਾਲੇ ਪਾਸੇ ਦਾ ਗੇਟ ਹੈ ਉਸ ਪਾਸੇ ਖੜ੍ਹਾ ਹੈ। ਅੱਜ ਥੋੜ੍ਹਾ ਮੌਸਮ ਵਧੀਆ ਆ, ਪਿੱਛੇ ਜਿਹੇ ਮੌਸਮ ਬਹੁਤ ਖਰਾਬ ਸੀਗੀ ਕਿਉਂਕਿ ਧੁੰਦਾਂ ਬਹੁਤ ਸੀਗੀਆਂ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਚੱਲ ਰਿਹਾ ਹੈ। ਹਾਂਜੀ, ਇੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਰਹੀ ਹੈ, ਸੇਵਾਦਾਰ ਲੱਗੇ ਹੋਏ ਹਨ ਤਿਆਰ ਕਰਨ। ਉੱਧਰ ਕੀ ਬਣ ਰਿਹਾ ਉਸ ਕੜਾਹੇ 'ਚ? ਚਾਸ ਹੈ, ਪਾਣੀ ਉਹਦੇ ਵਿੱਚ ਖੰਡ ਪਾ ਜੂਗਾ। ਚਾਸ, ਉਹ ਚਾਸ ਹੈ, ਉਹ ਇਹਦੇ 'ਚ ਪਾਣੀ ਹੈ। ਠੀਕ ਹੈ, ਠੀਕ ਹੈ। ਜੇ 24 ਕਿਲੋ ਭੇਤ ਹੈ, 24 ਕਿਲੋ ਰਸਤਾ, 24 ਕਿਲੋ ਖੰਡ ਪਾ ਦੇਣੇ। ਠੀਕ ਹੈ ਜੀ। ਹਾਂਜੀ, ਨਾਲ ਹੀ ਨਾਲ ਜਿਹੜਾ ਕੜਾਹ ਪ੍ਰਸ਼ਾਦ ਦੇ ਵਿੱਚ ਡਰਾਈ ਫਰੂਟ ਪੈਣਾ ਹੈ ਉਹ ਇਸ ਪਾਸੇ ਤਿਆਰ ਹੋ ਰਿਹਾ ਹੈ। ਉਹਨੂੰ ਜਿਹੜੇ ਬਦਾਮ ਵਗੈਰਾ ਆ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਛੋਟੇ ਪੀਸ ਕੀਤੇ ਜਾ ਰਹੇ ਹੈ, ਅਤੇ ਬਾਕੀ ਸੌਗੀ ਹੈ ਅਤੇ ਹੋਰ ਕਈ ਕੁਛ ਹੈ। ਹਾਂਜੀ, ਮੈਂ ਹੁਣ ਤੁਹਾਨੂੰ ਪੱਛਮ ਵਾਲਾ ਪਾਸਾ ਦਿਖਾਉਣਾ ਹੈ। ਸਭ ਤੋਂ ਪਹਿਲਾਂ ਤਾਂ ਇੱਕ ਪਿੱਪਲ ਦਾ ਦਰਖਤ ਹੈ, ਇਸ ਪਾਸਿਓ ਐਂਟਰੀ ਹੈ, ਇੱਕ ਪਾਸੇ ਲੰਗਰ ਹਾਲ ਹੈ, ਇੱਕ ਪਾਸੇ ਪਿੰਡ ਵਾਲੇ ਪਾਸਿਓ ਜਿਹੜੀ ਮੇਨ ਐਂਟਰੀ ਹੈ ਉਹ ਹੈ, ਇਹ ਹੈ ਮੇਨ ਐਂਟਰੀ। ਇਹ ਹੈ ਜੀ ਬਾਬਾ ਬਣਖੰਡੀ ਜੀ ਦੀ ਮੇਨ ਜਗ੍ਹਾ। ਹਾਂਜੀ, ਇੱਥੇ ਗੁਰਦੁਆਰਾ ਸਾਹਿਬ ਵੀ ਹੈ ਪਿੱਛੇ, ਅਤੇ ਗੁਰਦੁਆਰਾ ਸਾਹਿਬ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਂਦਾ। ਅਤੇ ਜਿਹੜਾ ਮੇਲਾ ਹੁੰਦਾ ਇੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਨਾ ਕਾਫੀ ਰਸ਼ ਪੈ ਜਾਂਦਾ ਹੈ, ਆਲੇ ਦੁਆਲੇ ਪਿੰਡਾਂ ਤੋਂ ਵੀ ਲੋਕ ਕਾਫੀ ਆਉਂਦੇ ਆ। ਅਤੇ ਉੱਥੇ ਹੁਣ ਜਿੱਥੋਂ ਮੈਂ ਪਹਿਲਾਂ ਆਇਆ ਸੀ ਆਪਣੇ ਵਾਲੇ ਪਾਸਿਓਂ, ਉੱਥੇ ਬਾਜ਼ਾਰ ਵਗੈਰਾ ਲੱਗਣਾ ਸ਼ੁਰੂ ਹੋ ਗਿਆ, ਆ ਗਏ ਆ ਜਿਹੜੇ ਖਲੌਣੇ ਵੇਚਣ ਵਾਲੇ। ਅਤੇ ਦੇਖੋ ਮੌਸਮ ਅੱਜ ਵਧੀਆ ਰਹਿੰਦਾ ਤਾਂ ਬਹੁਤ ਵਧੀਆ ਰੌਣਕ ਹੋਏਗੀ। ਅੰਦਰ ਦਿਖਾਉਣਾ, ਇਹ ਗੁਰਦੁਆਰਾ ਸਾਹਿਬ ਹੈ ਜੀ। Thank you.
ਪ੍ਰਸ਼ਾਦ ਦਾ ਕੜਾਹ ਇੱਕ ਤਿਆਰ ਹੋ ਗਿਆ, ਉਸ ਦੇ ਵਿੱਚ ਹੁਣ ਡਰਾਈ ਫਰੂਟ ਰਲਾਇਆ ਜਾ ਰਿਹਾ ਹੈ। ਕਿੰਨੇ ਬਣਨੇ ਉੱਦਾਂ ਪ੍ਰਸ਼ਾਦ ਦੇ ਕੜਾਹੇ? ਹਾਂਜੀ, ਕੜਾਹੇ ਕਿੰਨੇ ਬਣਨੇ ਪ੍ਰਸ਼ਾਦ ਦੇ? ਨੌ ਖਾਣੇ ਬਣਨੇ। ਨੌ ਬਣ ਜਾਣਗੇ, ਨੌ ਖਾਣੇ ਤਿਆਰ। ਹੁਣ ਤੁਹਾਨੂੰ ਲੰਗਰ ਹਾਲ ਵਾਲੇ ਪਾਸੇ ਲੈ ਕੇ ਚੱਲਦਾ ਹੈ। ਤੁਸੀਂ ਦੇਖਿਆ ਬਈ ਕੜਾਹ ਪ੍ਰਸ਼ਾਦ ਬਣ ਰਿਹਾ ਤਿਆਰ, ਅਤੇ ਲੰਗਰ ਹਾਲ ਦਿਖਾਉਂਦੇ ਹਾਂ। ਚਾਹ ਪਾਣੀ, ਚਾਹ ਦਾ ਲੰਗਰ ਚੱਲ ਰਿਹਾ। ਪਹਿਲਾਂ ਤੁਹਾਨੂੰ ਦਿਖਾ ਦਿੰਦਾ ਵੀ ਇੱਧਰ ਹਲਵਾਈ ਲੱਗੇ ਹੋਏ ਆ, ਪਕੌੜੇ ਬਣ ਰਹੇ ਆ, ਜਲੇਬੀਆਂ ਬਣੀ ਰਹੀਆਂ ਆ। ਲਓ ਜੀ, ਲੰਗਰ ਅਸੀਂ ਛਕ ਲਿਆ ਹੈ ਅਤੇ ਹੁਣ ਚੱਲਦੇ ਹਾਂ ਘਰ ਨੂੰ, ਅਤੇ ਦੁਬਾਰਾ ਫਿਰ ਆਵਾਂਗੇ। ਆ ਜਿਹੜੀਆਂ ਜਿੰਨੀਆਂ ਵੀ ਮਰੂਤੀਕਾਰਾਂ ਹੈ ਨਾ, ਇਹ ਸਾਰੀਆਂ ਖਿਲੌਣੇ ਵਾਲਿਆਂ ਦੀਆਂ, ਖਿਲੌਣੇ ਹੋਰ ਦੁਕਾਨਾਂ ਵਾਲੇ ਨਹੀਂ, ਇੱਥੇ ਦੁਕਾਨਾਂ ਪਾਉਣੀਆਂ। ਨਿਆਣੇ ਚੱਲੇ ਆ, ਚੱਲੇ ਕਿੱਥੇ ਨੂੰ ਚੱਲੇ? ਦੁਕਾਨ ਤਾਂ ਖੁੱਲ੍ਹੀ ਨਹੀਂ। ਮੈਂ ਹੁਣ ਘਰ ਨੂੰ ਜਾ ਰਿਹਾ, ਲੰਗਰ ਉੱਥੇ ਸਾਰਾ ਦਿਨ ਚੱਲਦਾ ਰਹੇਗਾ, ਅਤੇ ਜਿਹੜਾ ਪ੍ਰਸ਼ਾਦ ਬਣ ਰਹੀ ਆ ਦੇਗ, ਉਹ 4 ਵਜੇ ਦੇ ਕਰੀਬ ਵਰਤਾਈ ਜਾਏਗੀ, ਜਦੋਂ ਮੇਲਾ ਥੋੜ੍ਹਾ ਭਰਮਾ ਹੋ ਜਾਣਾ, ਅਤੇ ਬਾਅਦ ਵਿੱਚ ਤੁਹਾਨੂੰ ਦਿਖਾਉਣਾ ਹੈ। ਅਜੇ ਸਵੇਰ ਦਾ ਟਾਈਮ ਹੈ, ਇਸ ਟਾਈਮ 8 ਵਜੇ ਆ। ਹਾਂਜੀ, ਤਕਰੀਬਨ 3:30 ਵਜ ਗਏ ਆ, ਹੁਣ ਅਸੀਂ ਚੱਲੇ ਹੈਗੇ ਫਿਰ ਦੁਬਾਰਾ ਸਮਾਧਾ ਨੂੰ, ਅਤੇ ਹੁਣ ਪ੍ਰਸ਼ਾਦ ਵੀ ਵੰਡ ਹੋਣਾ ਸ਼ੁਰੂ ਹੋ ਗਿਆ ਹੋਵੇਗਾ, ਅਤੇ ਮੱਥਾ ਟੇਕਣ ਚੱਲੇ ਹਾਂ। ਤਕਰੀਬਨ ਹੁਣ ਇਸ ਟਾਈਮ ਰੱਛ ਪੈਣਾ ਆ ਉੱਧਰ, ਮਤਲਬ ਸ਼ਾਮ ਤੱਕ ਰੱਛ ਰਹਿਣਾ 5 ਵਜੇ ਤੱਕ। ਤੂੰ ਚੱਲਦੇ ਹਾਂ ਫਿਰ ਉਹ ਸਮਾਧਾ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। Thank you.
ਜੀ ਇਹ ਸੀਗੀ ਵੀਡੀਓ। ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਭੱਠੀ ਲੱਗਦੀ ਹੁੰਦੀ ਸੀ ਅਤੇ ਉੱਥੇ ਖਿੱਲਾਂ ਦਾਣਿਆਂ ਦੀਆਂ ਬਣਵਾ ਕੇ ਅਤੇ ਗੁੜ ਦੀ ਚਾਣੀ ਦੇ ਵਿੱਚ ਉਹਨਾਂ ਨੂੰ ਧਾਨ ਰੋੜੇ ਕਹਿੰਦੇ ਹੁੰਦੇ ਸੀ। ਇਸ ਤਰ੍ਹਾਂ ਦਾ ਕੁਛ ਪ੍ਰਸ਼ਾਦ ਹੁੰਦਾ ਸੀਗਾ, ਚੜ੍ਹਾਉਂਦੇ ਹੁੰਦੇ ਸੀ ਇੱਥੇ ਗੁਰਦੁਆਰਾ ਸਾਹਿਬ 'ਚ, ਅਤੇ ਉਹ ਬੜਾ ਟੇਸਟੀ ਹੁੰਦਾ ਸੀ। ਹੁਣ ਨਾ ਤਾਂ ਭੱਠੀਆਂ ਹੈ ਨਾ ਹੀ ਉਹ ਜ਼ਮਾਨਾ ਹੈ, ਸਭ ਕੁਛ ਚੇਂਜ ਹੋ ਗਿਆ ਹੈ। ਅਤੇ ਬਾਕੀ ਮੈਂ ਜਿੰਨਾ ਕੁ ਹੋ ਸਕਿਆ ਤੁਹਾਨੂੰ ਦਿਖਾ ਦਿੱਤਾ ਆ। ਅਤੇ ਰੱਛ ਠੀਕ ਸੀਗਾ, ਠੰਡ ਕਰਕੇ ਵੀ ਥੋੜ੍ਹਾ ਚੇਂਜ ਹੋ ਜਾਂਦਾ, ਇੱਕ ਕਿਸਾਨ ਅੰਦੋਲਨ ਕਰਕੇ ਵੀ ਕਾਫੀ ਫਰਕ ਹੈ। ਅਤੇ ਇਹ ਸੀਗਾ ਜੀ ਸਾਡੇ ਪਿੰਡ ਦਾ ਮੇਲਾ। ਅਤੇ ਹੁਣ ਮੈਂ ਵਾਪਸ ਆ ਰਿਹਾ, ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ।